कबल के पिंड भी हो जाना ना ले इनू ले जाना ना चल चंगा किता लखविंदर आंदा आंदा उधर आया मैं घरों फिर नहीं निकलिया जांदा हैगा जो तेरा फोन आउन डिया सी ना मैं तेन एहो ही आखना सी आंदा आंदा उधर हो आवे ते सब जी ठीक ठाक ने अंज हाँ मम्मी सारे जी ठीक ठाक ने ताड़ी पोतरी ता नहीं सब उथे जी लगा ओ जदों ते मैं गया हां मेरे ते कुछड़ो नहीं उतरदी लखविंदर मेरा भी नहीं इथे जी लगदा हैगा चंगा कीता ही नाल लै आया नाले न्याणी है ना जांदी घट वध वै जो सियाणी हो जाएगी ना जान आउण लग पेगी आपे इहनूं पता लग जाएगा भी मेरे नानके ने ते नाले तूं दस भी पानी धानी पीता है हां मम्मी मैं पानी आण के पी लिया नहीं ना पानी नहीं पीना ठंड बड़ी लगनी तू घोट घोट स्वाद जी चाह बना के लिया हाँ चाह तो मैं तानू बना दनी हाँ ते पलक कित्थे है उन्हें मैं उत्थे छड्ड आई हाँ क्यों भाभी उन्हें तुसीं उत्थे कद लई छड्ड के आए हो उधर न्याणी जी दा जी लग जूगा उत्थे लग जाना वादा हाय हाय तुहाडी वाली भी हद हो गई है चल उहदा जी लग जूगा पर हाडा नहीं ना लगना दो दिन होए उहनूं गई नूं ते घर विच रौनक ही नहीं हैगी नहीं ना उहनूं उत्थे नहीं छड्ड के आई उह तां सौं गई हुण मैं अंदर लम्मे पा के आई हाँ अच्छा हुण मेरे साह च साह आया मैं सोचिया हाय हाय उहनूं छोटी जी नूं उत्थे छड्ड आए ने तुहाडे तों बगैर उहदा किद्दां जी लगूगा उत्थे ते चलो तुसीं होर सुणाओ तुहाडी भाभी जी ठीक ठाक आ हाँ नाव उह वी ठीक ठाक ने ते काके दा नां रख लिया वा नहीं नाव ना ना ते हजे सोचे ने दो तीन तो हजे वेखो की ना रखदे ने ठीक है ते छुट्टी मिल गई उहनां नूं नहीं छुट्टी कल मिलनी ही ते इह फिर चल गया लखविंदर ते मैं इहनां नाल फिर आ ही गई मैं कल वी किथे बसे दे धक्के खांदी जावांगी ते इहनां दे नाल ही राम दे नाल आ जानी आ चल ठीक है फिर मैं ना तुहाडे वास्ते चाह बना के लियानी आ बह जाओ तुसीं इत्थे ते कंबल चाहीदा ते लिया दा नहीं कोई गल नहीं मैं कंबल आपे लै आउणी आ तू चाह बना दे बस ठीक है बेकरलीन गलती हाडी भी क्योंकि अलपिंदर नूं दसना चाहीदा है आ कुड़ी है ओह कड़ा नूं जानदा नहीं है ओहदा मन करदा ते ओह नाला डे चल फिरदा ते नाले फिर तूं नहीं मैं सारी गल इहनां कीती आ रिश्तेदार ਉਹ ਤੇ ਤੇਰੀ ਗੱਲ ਠੀਕ ਆ ਨਮੋਸ਼ੀ ਤੇ ਮੈਨੂੰ ਵੀ ਬੜੀ ਇਹ ਗੱਲ ਦੀ ਆ ਪਰ ਮੈਨੂੰ ਦੋਵੇਂ ਪੱਖ ਵੇਖਣੇ ਪੈਣੇ ਆ ਭਰਾ ਵਾਲੇ ਵੀ ਵੇਖਣਾ ਪੈਣਾ ਵਾ ਤੇ ਰਿਸ਼ਤੇਦਾਰੀ ਵੀ ਰੱਖਣੀ ਪੈਣੀ ਆ ਰਿਸ਼ਤੇਦਾਰੀ ਤੇ ਤਾਂ ਰਹਿਣੀ ਆ ਜੇ ਉੱਥੇ ਰਿਸ਼ਤਾ ਹੋਇਆ ਤੇ ਜੇ ਨਾ ਹੋਇਆ ਤੇ ਫਿਰ ਕੋਈ ਰਿਸ਼ਤੇਦਾਰੀ ਨਹੀਂ ਰਹਿਣੀ ਉਹ ਯਾਰ ਮੈਂ ਉਹਨੂੰ ਕਿੱਦਾਂ ਧੱਕੇ ਨਾਲ ਬਣਾਦਾ ਅਗਲਾ ਨਹੀਂ ਮੰਨਦਾ ਉਹਦਾ ਨਹੀਂ ਜੀ ਕਰਦਾ ਤੇ ਮੈਂ ਕਿੱਦਾਂ ਉਹਨੂੰ ਕਹਾਂ ਵੀ ਕਾਰੀ ਕਰ ਮੈਨੂੰ ਨਹੀਂ ਪਤਾ ਜਿੱਦਾਂ ਉਹਨੂੰ ਮਰਜ਼ੀ ਬਣਾਓ ਹੋਰ ਘੜੀ ਨੂੰ ਉਹਨਾਂ ਦਾ ਫੋਨ ਆ ਜਾਣਾ ਤੇ ਮੈਂ ਉਹਨਾਂ ਨੂੰ ਕੀ ਜਵਾਬ ਦੇਣਾ ਮੈਂ ਤਾਂ ਉੱਥੇ ਕਾਇਆ ਹੀ ਆ ਵੀ ਆਹ ਛੁੱਟੀ ਤੇ ਹੀ ਵਿਆਹ ਕਰ ਦੇਣਾ ਤੇਰਾ ਦਿਮਾਗ ਖਰਾਬ ਵੀ ਤੂੰ ਆਪਣੇ ਕੋਲ ਸਾਰੇ ਅੱਗੇ ਅੱਗੇ ਰਹਿੰਦੀ ਆ ਫੈਸਲੇ ਸੁਣਾ ਦਿੰਦੀ ਆ ਕਿਤੇ ਬੰਦੇ ਦੀ ਸਲਾਹ ਲੈ ਲਈ ਦੀ ਵਿੱਚ ਮਾੜੀ ਮੋਟੀ ਵੀ ਹਾਂ ਕਿੱਦਾਂ ਕਰਨਾ ਕੀ ਕਰਨਾ ਵਾ ਹੁਣ ਫਿਰ ਆਪੇ ਦੇ ਜਵਾਬ ਉਹਨਾਂ ਨੂੰ ਫੋਨ ਆਉਂਦਾ ਤੇ ਉਦੋਂ ਮੈਨੂੰ ਪੁੱਛਿਆ ਹੀ ਹਾਂ ਕਰਨ ਲੱਗਿਆ ਪੁੱਛਣਾ ਕੀ ਉਹ ਤੁਹਾਨੂੰ ਦੋਵਾਂ ਜੀਆਂ ਨੂੰ ਪਤਾ ਹੈ ਵੀ ਰਿਸ਼ਤਾ ਹੀ ਉੱਥੇ ਕਰਨਾ ਉਹ ਤੇ ਪਿੰਦਰ ਦੀ ਬਸ ਅੱਖੀ ਘਟਾ ਪਾਉਣਾ ਹੈ ਜਾ ਕੇ ਤਾਂ ਤੁਸੀਂ ਉਹਨੂੰ ਬਣਾਓ ਤੁਸੀਂ ਨਾ ਉਹਦੇ ਵੱਡੇ ਭਰਾ ਹੋ ਤੁਹਾਡੀ ਕਹਿਣੀ ਉਹ ਕਦੇ ਵੀ ਨਹੀਂ ਮੋੜਦਾ ਜਾ ਕੇ ਤਾਂ ਤਰਲੇ ਮਿੰਨਤਾਂ ਕਰੋ ਆਪੇ ਉਹਨੇ ਮੰਨ ਜਾਣਾ ਵਾ ਮੈਂ ਤਾਂ ਲੱਕੋ ਫਾਇਆ ਆ ਗਿਆ ਵਾ ਨਾ ਇੱਧਰ ਜੋਗਾ ਤੇ ਨਾ ਉੱਧਰ ਜੋਗਾ ਮਾਲਾ ਹੱਥ ਪੈਰ ਭਾਵੇਂ ਜਿੰਨੇ ਮਰਜ਼ੀ ਰਿਸ਼ਤਾ ਤੇਰਾ ਮੈਂ ਉੱਥੇ ਪੱਕਾ ਕਰਨਾ ਏਦਾਂ ਨਹੀਂ ਗੁੱਸੇ ਚ ਆਈਦਾ ਮੇਰੀ ਗੱਲ ਸੁਣ ਇੱਧਰ ਉਹ ਜਾਓ ਯਾਰ ਤੁਸੀਂ ਮੇਰੇ ਲਾਗੋ ਚੱਲ ਜਾਓ ਤੁਸੀਂ ਨੇ ਮੇਰੇ ਕੁਝ ਵੀ ਲੱਗਦੇ ਉਹ ਯਾਰ ਮੈਂ ਤੇਰਾ ਵੱਡਾ ਭਰਾ ਤੇ ਅੱਜ ਤੱਕ ਦੱਸ ਕੋਈ ਮਾੜਾ ਸੋਚਿਆ ਉਹ ਤੂੰ ਵੱਡਾ ਭਰਾ ਹੈ ਮੈਂ ਤਾਂ ਹੀ ਤੇਰੇ ਆਪੇ ਚੱਲ ਗਿਆ ਹਾਂ ਤੁਸੀਂ ਚੰਗੀ ਕੀਤੀ ਮੇਰੇ ਨਾਲ ਉਹ ਚੱਲ ਗਿਆ ਤੇ ਮੈਂ ਤੇਰੇ ਤੇ ਗੱਲ ਸਾਰੀ ਸੁੱਟੀ ਆ ਵੀ ਜਿੱਦਾਂ ਤੂੰ ਕਹੇਗਾ ਤੈਨੂੰ ਮੈਂ ਉੱਥੇ ਵੀ ਕਿਹਾ ਸੀ ਆਪਾਂ ਘਰ ਜਾ ਕੇ ਸਲਾਹ ਕਰ ਲਾਂਗੇ ਜਿੱਦਾਂ ਤੂੰ ਕਹੇਗਾ ਆਪਾਂ ਤੇਰੇ ਨਾਲ ਸਹਿਮਤ ਹੋ ਜਾਾਂਗੇ ਆਪੀ ਤੁਸੀਂ ਆਉਂਦੇ ਵੀ ਹਾਂ ਕਰਦੇ ਆਪਾਂ ਨਾ ਕਰਦਾ ਵੇ ਆਉਂਦਾ ਦੀ ਦੋਵਾਂ ਜੀਆਂ ਨੇ ਗੱਡੀ 'ਚ ਮੇਰਾ ਸਿਰ ਪਾ ਮਾਰਿਆ ਨਹੀਂ ਉੱਥੇ ਕਰਨਾ ਉੱਥੇ ਕਰਨਾ ਭਾਬੀ ਮੰਨਣ ਡਈ ਹੈ
ਉਹ ਤਾਂ ਤੇਰੀ ਗੱਲ ਠੀਕ ਆ ਪਰ ਤੂੰ ਇੰਨੇ ਹੋਸ਼ੇਪਣ ਜਾਣ ਕੇ ਗੱਲ ਨਹੀਂ ਕਰੀ ਦੀ। ਕੋਈ ਗੱਲ ਨਹੀਂ, ਤੂੰ ਜਿੱਦਾਂ ਕਹੇਗਾ ਆਪਾਂ ਕਰ ਲਾਂਗੇ, ਤੂੰ ਇੰਨਾ ਗੁੱਸਾ ਨਾ ਕਰ। ਗੁੱਸਾ ਫਿਰ ਨਹੀਂ ਕਰਦਾ, ਕਰੋ ਮਾਂ ਉਹਨਾਂ ਨੂੰ। ਇੱਧਰ ਵੇਖ, ਰਿਸ਼ਤੇਦਾਰ ਨੇ ਉਹ, ਜੇ ਕੋਈ ਹੋਰ ਹੋਏ ਨਾ ਤਾਂ ਬੰਦਾ ਤਾਂ ਵੀ ਚੰਗਾ ਲੱਗੇ, ਨਾਲੇ ਤੁਸੀਂ ਆਪਣੀ ਬੇਇੱਜ਼ਤੀ ਕਰਵਾਈ ਤੇ ਨਾਲੇ ਮੇਰੀ ਕਰਵਾਈ। ਉਹਨਾਂ ਆਖਣਾ ਕਿੱਦਾਂ ਦੇ ਨੇ। ਓਏ ਓਏ, ਰਿਸ਼ਤੇਦਾਰੀ ਦਾ ਮਾਮਲਾ ਵਾ ਤੇਰੇ ਤੇ, ਤੈਨੂੰ ਮੈਂ ਕਿਹਾ ਸੀ ਵੀ ਸੋਚ ਸਮਝ ਕੇ ਕੰਮ ਲਈਦਾ, ਸਟੈਪ ਚੁੱਕੀ ਦਾ ਵਾ, ਤੱਤੇ ਘਾਜ ਨਹੀਂ ਕੋਈ ਵੀ ਕੰਮ ਕਰੀਦਾ। ਫਿਰ ਜਦੋਂ ਤੁਹਾਨੂੰ ਪਤਾ ਹੈ ਵੀ ਕੁੜੀ ਏਦਾਂ ਦੀ ਹੈ ਤੇ ਕਦ ਲਈ ਖੜਿਆ ਤੁਸੀਂ ਮੈਨੂੰ ਉੱਥੇ? ਓਏ ਕੁੜੀ ਨਹੀਂ ਮਾੜੀ ਹੈਗੀ, ਕੁੜੀ ਚੁੱਲ੍ਹੇ ਚੌਂਕੇ ਵਾਲੀ ਆ, ਉੱਥੇ ਵਿਚਾਰੀ ਚੁੱਲ੍ਹੇ ਚੌਂਕੇ ਰੋਟੀਆਂ ਪਕਾ ਲਾ, ਘਰ ਦੇ ਕੰਮ ਕਰ ਲਾ, ਉਹ ਕਿਹੜੀ ਵਿਚਾਰੀ ਬਾਹਰ ਅੰਦਰ ਨਿਕਲੀ ਆ, ਹਜੇ ਉਮਰ ਕੀ ਹੈ ਕੁੜੀ ਦੀ, ਨਿਆਣ ਸਨ ਉਮਰ। ਉਹ ਮੈਂ ਏਡਾ ਵੀ ਸ਼ਦਾਈ ਹੈਗਾ, ਮੈਨੂੰ ਸਾਰਾ ਹੀ ਪਤਾ ਵਾ ਮੈਂ ਦੁਨੀਆਂ ਫਿਰਦਾ ਵਾਂ। ਉਹ ਚੱਲ ਤੂੰ ਦੁਨੀਆਂ ਫਿਰਦਾ ਵਾਂ ਤੇ ਮੰਨ ਲਾ ਤੇ ਕੱਲ ਨੂੰ ਜੇ ਇੱਥੇ ਆ ਜੂਗੀ ਤੇ ਆਪਾਂ ਗਾਂਹ ਪੜਾ ਲਾਂਗੇ, ਤੇ ਨਾਮ ਪੜਾਉਣਾ ਹੋਊਗਾ, ਜਿੱਦਾਂ ਤੂੰ ਕਰਨਾ ਹੋਊਗਾ ਨਾਲ ਲੈ ਜੀ, ਜਾਂ ਹੋਰ ਜਿੱਦਾਂ ਕਰਨਾ ਕਰ ਲਾਂਗੇ। ਤੂੰ ਇਹਦਾ ਬੜਾ ਗਾਂਹ ਦਾ ਸੋਚਣ ਡੇ, ਮੈਂ ਜਦੋਂ ਆਖਦਾ ਵੀ ਉੱਥੇ ਨਹੀਂ ਕਰਵਾਉਣਾ ਤਾਂ ਨਹੀਂ ਕਰਵਾਉਣਾ, ਉਹਨੂੰ ਪੜਾਉਣਾ ਕੀ ਹੈ, ਉਹਨੂੰ ਤਾਂ ਕੂਣ ਬੋਲਣ ਦਾ ਨਹੀਂ ਪਤਾ। ਓਏ ਉਹਨੂੰ ਪਤਾ ਵਾ ਸਾਰਾ, ਉਦਾਂ ਡਰਦੀ ਆ ਵਿਚਾਰੀ ਘਰਦਿਆਂ ਦੇ ਦੱਬਕੇ ਚ। ਉਹ ਯਾਰ ਤੁਸੀਂ ਨਾ ਮੇਰੇ ਤੇ ਇੰਨਾ ਪ੍ਰੈਸ਼ਰ ਪਾਓ। ਉਹ ਪ੍ਰੈਸ਼ਰ ਕੋਈ ਨਹੀਂ, ਤੇਰੇ ਭਲੇ ਦੀ ਸੋਚਦੇ ਆ, ਭਾਬੀ ਤੇਰੀ ਵੀ ਉਹ ਗੱਲ ਕਰਨ ਦੀ ਆ ਵੀ ਚੱਲ ਉਹ ਘਰ ਚੱਲ ਵੀ ਤੇਰਾ ਘਰ ਸਾਂਭਲੂਗੀ, ਅਸੀਂ ਤਾਂ ਤੇਰੇ ਭਲੇ ਬਾਰੇ ਸੋਚਦੇ ਹਾਂ, ਪਰ ਤੂੰ ਅੱਗੋਂ ਉਲਟ ਗੱਲ ਲੈਣ ਡਿਆ। ਤੁਸੀਂ ਨਾ ਮੇਰਾ ਇੰਨਾ ਫਿਕਰ ਨਾ ਕਰੋ, ਜੇ ਬਹੁਤੀ ਗੱਲ ਨਾ ਆਉਂਦੇ ਤਾਂ ਮੈਂ ਚੱਲ ਜਾਂਦਾ, ਭਾਵੇਂ ਮੇਰੀ ਛੁੱਟੀ ਆ ਗਈ ਮੈਂ ਤਾਂ ਵੀ ਚੱਲਿਆ ਉੱਥੇ। ਨਹੀਂ ਮੇਰੇ ਕੋਲ ਨਹੀਂ ਯਾਰ, ਇੱਥੇ ਰਹਿ ਜਾਂਦਾ। ਏਦਾਂ ਦੀ ਗੱਲ, ਮੈਂ ਤੁਹਾਡੀ ਕਿੰਨੀ ਇੱਜ਼ਤ ਕਰਦਾ, ਤੁਸੀਂ ਮੇਰਾ ਆਹ ਮੁੱਲ ਪਾਉਣ ਡਏ ਆ, ਮੈਂ ਅੱਜ ਤੱਕ ਤੁਹਾਡੀ ਕੋਈ ਗੱਲ ਮੋੜੀ ਹੈ? ਓਏ ਉਹ ਤਾਂ ਗੱਲ ਤੇਰੀ ਠੀਕ ਹੈ, ਨਹੀਂ ਮੋੜੀ, ਪਰ ਅਸੀਂ ਵੀ ਤੇਰਾ ਅੱਜ ਤੱਕ ਤੇਰਾ ਹੀ ਭਲਾ ਸੋਚਿਆ ਵਾ, ਹੁਣ ਵੀ ਤੇਰਾ ਹੀ ਸੋਚਣ ਡਿਆ ਵੀ ਕੋਈ ਲਾਂਭੋ ਮੰਨ ਲਓ ਰਿਸ਼ਤਾ ਕਰ ਲਾਂਗੇ ਤੇ ਕੀ ਕਰਾਂਗੇ, ਇਹ ਤਾਂ ਰਿਸ਼ਤੇਦਾਰੀ 'ਚ ਰਿਸ਼ਤੇਦਾਰੀ ਆ। ਕੱਲ ਨੂੰ ਮੰਨ ਲਓ ਕੋਈ ਥੋੜਾ ਬਹੁਤਾ ਉਜਰੀ 'ਚ ਹੋਊਗਾ ਤੇ ਕਿਹਨੂੰ ਕਹਿਣ ਲਈ ਬਣੀਦਾ ਵਾ, ਬਾਹਰ ਵੀ ਕੋਈ ਮੁੜ ਕੇ ਸੁਣਦਾ ਕਰਦੇ ਜਿਹਦੇ ਜਿਹੜੀ ਆ। ਇੱਧਰ ਵੇਖੋ, ਸੌ ਹੱਥ ਰਸਾ ਸਿਰੇ ਦੇ ਗੰਢ, ਮੈਂ ਉੱਥੇ ਨਹੀਂ ਵਿਆਹ ਕਰਾਉਣਾ ਤਾਂ ਨਹੀਂ ਕਰਾਉਣਾ, ਜੇ ਮੈਨੂੰ ਪਤਾ ਹੁੰਦਾ ਵੀ ਆਹ ਕੁੜੀ ਦੀ ਤੁਸੀਂ ਗੱਲ ਕਰਨ ਡੇ ਨਾ ਮੈਂ ਜਾਣਾ ਨਹੀਂ, ਉਹ ਮੈਂ ਸਮਝਦਾ ਹਾਂ ਦੂਜੀ ਮਾਸੀ ਦੀ ਕੁੜੀ ਹੈ। ਸੱਚੀ ਗੱਲ ਪਿੰਦਰ ਯਾਰ, ਮੈਨੂੰ ਨਹੀਂ ਪਤਾ ਵੀ ਇਹ ਕੁੜੀ ਦੇ ਰਿਸ਼ਤੇ ਦੀ ਗੱਲ ਚੱਲਣ ਡੀ ਆ, ਉਹ ਤੇ ਉੱਥੇ ਜਾ ਕੇ ਪਤਾ ਲੱਗਾ ਜਦੋਂ ਮੰਮੀ ਨੇ ਦੱਸਿਆ। ਜਦੋਂ ਤੁਹਾਨੂੰ ਉਹਨਾਂ ਦੱਸਿਆ ਵੀ ਆਹ ਕੁੜੀ ਹੈ, ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨਾ, ਤੁਸੀਂ ਸਾਰੇ ਜਾਣਿਆਂ 'ਚ ਬਹਾ ਕੇ ਤੇ ਮੇਰੇ ਕੋਲ ਧੱਕੇ ਨਾ ਹਾਂ ਕਰਵਾਈ ਹੈ। ਪਿੰਦਰ ਪਤਾ ਗੱਲ ਕੀ ਆ, ਹੁਣ ਹਾਂ ਕਰ ਬੈਠੇ ਆ, ਹੁਣ ਤੂੰ ਇਹ ਵੀ ਸੋਚਣਾ ਤੂੰ ਅਜੇ ਨਿਆਣਾ ਵਾ, ਤੂੰ ਨਹੀਂ ਗੱਲ ਸਮਝਦਾ ਹੈਗਾ। ਮੰਨ ਲਾ ਰਿਸ਼ਤੇਦਾਰੀ ਦਾ ਕੰਮ ਆ ਜੰਮਣ ਮਰਨ ਰਿਸ਼ਤੇਦਾਰੀ ਦਾ ਸਾਰੀ ਉਮਰਾਂ ਤੱਕ ਹੁੰਦਾ ਵਾ, ਤੇ ਮੈਂ ਕਿਹੜੇ ਹੁਣ ਆਪਣੇ ਸਹੁਰੇ ਜਾਵਾਂਗਾ? ਜੇ ਮੈਂ ਉੱਥੇ ਵਿਆਹ ਕਰਵਾ ਲਾਂਗਾ ਫਿਰ ਤੁਸੀਂ ਖੁਸ਼ ਹੋ ਹਨਾ, ਪਰ ਮੇਰੀ ਇੱਕ ਗੱਲ ਸੁਣ ਲਾ, ਮੈਂ ਨਾ ਜੋ ਕੁੜੀ ਨੂੰ ਰੱਖਣਾ ਤੇ ਨਾ ਮੈਂ ਵੀ ਕਿਤੇ ਜਾਵਾਂ ਵਾ। ਇਹ ਵੇਖ ਲਾ ਪਿੰਦਰ, ਸਾਰੀ ਜ਼ਿੰਦਗੀ ਤੇਰੇ ਭਰਾ ਨੇ ਤੇਰੀ ਪੇਠ ਨਹੀਂ ਲੱਗਣ ਦਿੱਤੀ ਤੇ ਤੈਨੂੰ ਕਦੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਹੈਗੀ, ਤੇ ਤੂੰ ਮੇਰੇ ਲਈ ਇੰਨਾ ਵੀ ਕਰ ਸਕਦਾ ਹੈਗਾ? ਯਾਰ ਤੁਸੀਂ ਤੇ ਮੇਰੀ ਜ਼ਿੰਦਗੀ ਬਰਬਾਦ ਕਰਨ ਡੇ ਰਲ ਮਿਲ ਕੇ। ਅਸੀਂ ਜ਼ਿੰਦਗੀ ਨਹੀਂ ਤੇਰੀ ਬਰਬਾਦ ਕਰਨ ਡੇ, ਤੂੰ ਸੋਚਣ ਜ਼ਿਆਦਾ ਡਿਆ, ਡੂੰਘਾ ਪਤਾ ਨਹੀਂ ਕੀ ਸੋਚਣ ਡਿਆ ਵਾ, ਅਸੀਂ ਤਾਂ ਤੇਰੇ ਭਲੇ ਦੀ ਗੱਲ ਕਰਨ ਡੇ ਹਾਂ ਵੀ ਜਿਹ 'ਚ ਤੇਰਾ ਫਾਇਦਾ ਹੋਵੇ, ਕੱਲ ਨੂੰ ਤੇਰਾ ਵੀ ਪਰਿਵਾਰ ਤੇਰੀ ਲੰਮੀ ਉਮਰ ਵਾ। ਤੁਸੀਂ ਨਹੀਂ ਕੁਝ ਵੀ ਸੋਚਿਆ ਮੇਰਾ, ਤੁਸੀਂ ਅਗਲਿਆਂ ਦਾ ਹੀ ਸੋਚਿਆ ਵਾ। ਜਾਓ ਚੱਲ ਜਾ ਮੇਰੇ ਲਾਗੋ, ਮੈਨੂੰ ਇਕੱਲਾ ਛੱਡ ਦੇ ਤੂੰ, ਜਾਓ ਯਾਰ ਚੱਲ ਜਾ। ਕੀ ਕਰੇ ਬੰਦਾ ਹੁਣ, ਦੱਸੋ ਹੌਸਲੇ ਨਾਲ ਗੱਲ ਕਰੀ, ਕਿਉਂਕਿ ਉਹ ਵੀ ਗੁੱਸੇ ਦੇ ਵਿੱਚ ਆ, ਐਵੇਂ ਨੀ ਜ਼ਿਆਦਾ ਬੋਲੀ ਦਾ ਹੋਈਦਾ, ਹੌਸਲੇ ਨਾਲ ਗੱਲ ਕਰੀ ਦੀ ਆ, ਸ਼ਾਇਦ ਅਗਲੇ ਦੇ ਪੱਲੇ ਪੈ ਹੀ ਜਾਂਦੇ। ਕੋਈ ਗੱਲ ਨੀ, ਤੁਸੀਂ ਦੂਰੋ ਮੇਰੇ ਨਾਲ, ਜੋ ਹੋਊਗਾ ਵੇਖਿਆ ਜਾਊਗਾ। ਤੈਨੂੰ ਪਹਿਲੇ ਦਿਨ ਪੁੱਛਿਆ ਵੀ ਹਾਂ ਗੱਲ ਤੋਰੀਏ, ਤੇਰੇ ਕੋਲ ਪੁੱਛ ਕੇ ਫਿਰ ਅਗਲਾ ਸਟੈਪ ਹੀ ਚੁੱਕਿਆ ਸੀ, ਤੇ ਤੇਰੇ ਕਹਿਣ ਤੇ ਸਾਰਾ ਕੁਝ ਹੋਇਆ ਵਾ, ਤੇ ਹੁਣ ਤੂੰ ਇੱਦਾਂ ਕਰਕੇ ਸਾਨੂੰ ਕਿਸੇ ਜੋਗਾ ਨੀ ਛੱਡਣ ਡਿਆ। ਤੁਸੀਂ ਤੇ ਨਾ ਹੁਣ ਮੇਰੇ ਨਾਲ ਜ਼ਬਰਦਸਤੀ ਕਰਨ ਡੇ ਹੋ। ਜ਼ਬਰਦਸਤੀ ਕਾਹਦੀ ਕਰਨ ਡੇ? ਕੋਈ ਗੱਲ ਨੀ, ਮੈਂ ਉਹਨਾਂ ਨੂੰ ਫੋਨ ਕਰਕੇ ਕਰ ਦਿੰਦੀ ਹਾਂ ਨਾ, ਤੇ ਲਾ ਮੈਂ ਵੀ ਚੱਲੀ ਹਾਂ ਘਰ ਛੱਡ ਕੇ, ਦੋਵੇਂ ਭਰਾ ਪਕਾਓ ਤੇ ਖਾਓ। ਹਾਂ ਭਲਾ ਕਿੱਦਾਂ ਦੀ ਗੱਲ ਹੋਈ, ਤੁਸੀਂ ਨਾ ਐਵੇਂ ਗੱਲ ਵਧਾਉਣ ਡੇ ਹੋ। ਇੱਧਰ ਮੇਰਾ ਵੀਰ, ਤੂੰ ਭਾਬੀ ਨੂੰ ਸਮਝਾ, ਜੇ ਤੂੰ ਮੇਰੀ ਥਾਂ ਤੇ ਹੁੰਦਾ ਤੇ ਫਿਰ। ਓਏ ਗੱਲ ਤਾਂ ਤੇਰੀ ਠੀਕ ਆ, ਤੂੰ ਹੀ ਸਮਝ ਨਾ, ਸਿਆਣੇ ਕਦੇ ਵੀ ਬੱਚਿਆਂ ਦਾ ਕੋਈ ਬੁਰਾ ਨਹੀਂ ਸੋਚਦੇ, ਅਸੀਂ ਤੇਰੇ ਤੋਂ ਵੱਡੇ ਆ, ਤੇਰਾ ਭਲਾ ਹੀ ਸੋਚਾਂਗੇ, ਕੋਈ ਨੁਕਸਾਨ ਥੋੜਾ ਸੋਚਣਾ ਵਾ। ਚਲੋ ਠੀਕ ਆ, ਹੁਣ ਐਵੇਂ ਲੜਾਈ ਨਾ ਪਾਓ, ਤੇ ਮੈਨੂੰ ਕੋਈ ਥੋੜਾ ਟਾਈਮ ਦਿਓ, ਫਿਰ ਮੈਂ ਤੁਹਾਨੂੰ ਦੱਸ ਦਾਂਗਾ ਵੀ ਕੀ ਕਰਨਾ ਵਾ। ਚੱਲ ਠੀਕ ਆ ਪਿੰਦਰ, ਦੱਸ ਦਈ ਗਲੀ ਨੂੰ, ਮੈਨੂੰ ਆਪਣੇ ਭਰਾ ਤੇ ਪੂਰਾ ਮਾਣ, ਇਹ ਜੋ ਵੀ ਕਰੇਗਾ ਸਹੀ ਫੈਸਲਾ ਕਰੇਗਾ। ਇਹਨੂੰ ਚੰਗਾ ਭਲਾ ਪਤਾ ਵੀ ਹੈਗਾ ਹੈ ਵੀ ਮੰਮੀ ਨੇ ਇਹ ਸਬਜ਼ੀ ਨਹੀਂ ਖਾਣੀ ਹੈਗੀ, ਜਾਣ ਬੁੱਝ ਕੇ ਇਹਨੇ ਬਣਾਈ ਹੈ। ਮੈਂ ਇਹਨੂੰ ਪੁੱਛਣੀ ਹੈ ਜਾ ਕੇ ਵੀ ਹੁਣ ਮੈਂ ਕਾਹਦੇ ਨਾਲ ਰੋਟੀ ਖਾਵਾਂ।
ਕਵਲ ਤੈਨੂੰ ਚੰਗਾ ਭਲਾ ਪਤਾ ਵੀ ਹੈਗਾ ਵੀ ਮੈਂ ਆਲੂਆਂ ਦੀ ਸਬਜ਼ੀ ਨਹੀਂ ਖਾਣੀ, ਤੂੰ ਜਾਣ ਬੁੱਝ ਕੇ ਬਣਾਈ ਹੈ। ਤੇ ਮੰਮੀ ਤੁਸੀਂ ਦੱਸੋ ਫਿਰ ਮੈਂ ਹੋਰ ਬਣਾਉਂਦੀ ਕੀ, ਮੈਨੂੰ ਕੁਝ ਪਤਾ ਹੀ ਨਹੀਂ ਲੱਗਣਾ ਮੈਂ ਕਿਹੜੀ ਸਬਜ਼ੀ ਬਣਾਵਾਂ। ਪਤਾ ਤੈਨੂੰ ਕਿਉਂ ਨਹੀਂ ਲੱਗਦਾ, ਉੱਥੇ ਗਾਜਰਾਂ ਪਈਆਂ ਹਨ ਉਹ ਬਣਾ ਲੈਂਦੀਆਂ। ਤੇ ਮੰਮੀ ਉਹਨਾਂ ਵਿੱਚ ਵੀ ਆਲੂ ਪੈਣੇ ਸੀ, ਤੁਸੀਂ ਫੇਰ ਕਹਿਣਾ ਹੈ ਵੀ ਆਲੂ ਪਾਤੇ ਨੇ ਗਾਜਰਾਂ ਵਿੱਚ ਵੀ, ਤੇ ਮੈਂ ਗਾਜਰਾਂ ਕੱਢ ਕੇ ਤੇ ਰੋਟੀ ਖਾ ਲੈਂਦੀ। ਮੰਮੀ ਆਹ ਕੀ ਹੈ, ਦੂਜੇ ਦਿਨ ਤੁਸੀਂ ਪਖੰਡ ਕਰਦੇ ਹੋ, ਕਦੇ ਆਹ ਨਹੀਂ ਖਾਣਾ ਤੇ ਕਦੇ ਉਹ ਨਹੀਂ ਖਾਣਾ, ਮੇਰੇ ਕੋ ਨਹੀਂ ਹੋਰ ਬਣਦੀਆਂ ਦੋ ਦੋ ਸਬਜ਼ੀਆਂ, ਜੇ ਖਾਣੀ ਹੈ ਨਾ ਤੇ ਖਾ ਲਓ, ਜੇ ਨਹੀਂ ਖਾਣੀ ਤੇ ਚੁੱਪ ਕਰਕੇ ਚਾਰ ਨਾਲ ਖਾ ਲਓ। ਮੈਂ ਕਿਉਂ ਚਾਰ ਨਾਲ ਖਾਵਾਂ, ਜਾ ਕੇ ਉੱਠ ਕੇ ਸਬਜ਼ੀ ਬਣਾ ਫੇਰ ਮੈਂ ਰੋਟੀ ਖਾਣੀ ਹੈ। ਮੇਰੇ ਕੋ ਨਹੀਂ ਜੇ ਬਣਦੀ ਹੈਗੀ, ਆਪੇ ਜਾ ਕੇ ਨਾ ਬਣਾ ਲਓ, ਮੈਂ ਇੱਡੀ ਵਿਹਲੀ ਨਹੀਂ ਹੈਗੀ ਤੁਹਾਡੇ ਲਈ ਫੇਰ ਸਬਜ਼ੀਆਂ ਬਣਾਵਾਂ। ਨਾ ਤੂੰ ਤੇ ਵਰਕੇ ਫੁੱਲਣ ਡਈ, ਇਹਨੂੰ ਫੜ ਕੇ ਭਵਾਵੇ ਤੂੰ ਸਾਰਾ ਦਿਨ ਬਹਿ ਜਾਵੇਂ। ਉਤਰੇ ਨਿੱਕੇ ਨਿੱਕੇ ਹੁੰਦੇ ਸਨ ਤੇ ਕਿਆ ਫੋਨ ਕੰਨ ਨਾਲ ਲਾ ਕੇ ਗੱਲਬਾਤ ਸੁਣ ਕੇ ਭੈਣ ਭਰਾ ਦੀ ਤੇ ਰੱਖ ਦੇਈਦੇ ਹੁੰਦੇ। ਆਹ ਉਤਰੇ ਸਰਕਾਰ ਨੇ ਏਡੇ ਏਡੇ ਠੀਵੇ ਕੱਢ ਦਿੱਤੇ ਨੇ, ਇਹਨਾਂ ਨੂੰ ਲੈ ਕੇ ਭਾਵੇਂ ਤੁਸੀਂ ਸਾਰਾ ਦਿਨ ਬੈਠੀਆਂ ਰਹੋ ਤੇ ਕੰਮ ਕਰਨ ਲੱਗਿਆ ਤੁਹਾਨੂੰ ਮੌਤ ਪੈਂਦੀ ਹੈ। ਮੰਮੀ ਜਦੋਂ ਦੀ ਸਵੇਰ ਦੀ ਉੱਠੀ ਹੈ ਨਾ ਉਦੋਂ ਦੀ ਮੈਂ ਹੀ ਕੰਮ ਕਰਦੀ ਹਾਂ, ਹੋਰ ਤਾਂ ਨਹੀਂ ਕੋਈ ਆਣ ਕੇ ਵਿਆਹ ਕਰਨ। ਤੁਹਾਡੇ ਕੰਮ ਨੇ ਦੋਹਾਂ ਕਰਨੇ ਨੇ। ਮੰਮੀ ਭਾਬੀ ਹੁਣ ਤੁਸੀਂ ਕਿਹੜੀ ਗੱਲੋਂ ਮਹਿਫਲ ਲਾ ਲਈਏ, ਤੁਹਾਡੀ ਲੜਾਈ ਨੀ ਸਾਰਾ ਦਿਨ ਮੁੱਕਦੀ ਹੈਗੀ, ਘੜੀ ਚ ਤੁਸੀਂ ਮਾਸਾ ਘੜੀ ਚ ਤੋਲਾ। ਨਾ ਵੀ ਤੈਨੂੰ ਪਤਾ ਵੀ ਹੈਗਾ ਕਿ ਇਹ ਸਬਜ਼ੀ ਨਹੀਂ ਖਾਂਦੀ ਆਲੂਆਂ ਦੀ, ਇਹਨੇ ਜਾਣ ਬੁੱਝ ਕੇ ਬਣਾ ਲਈ ਆਲੂਆਂ ਦੀ। ਤੇ ਕੋਈ ਨੀ ਮੰਮੀ, ਜੇ ਤੁਸੀਂ ਨਹੀਂ ਉਹ ਸਬਜ਼ੀ ਖਾਣੀ ਤੇ ਕੋਈ ਗੱਲ ਨੀ, ਭਾਬੀ ਹੋਰ ਬਣਾ ਦਿੰਦੇ। ਭਾਬੀ ਤੁਹਾਨੂੰ ਜਦੋਂ ਪਤਾ ਵਾ ਕਿ ਮੰਮੀ ਨਹੀਂ ਉਹ ਸਬਜ਼ੀ ਖਾਂਦੇ, ਤੁਸੀਂ ਹੋਰ ਕੋਈ ਬਣਾ ਲੈਣੀ ਸੀ ਨਾ। ਤੇ ਨਾ ਮੈਨੂੰ ਹੋਰ ਕੋਈ ਸਬਜ਼ੀ ਲੱਭੀ ਨੀ, ਫਿਰ ਮੈਂ ਇਹੋ ਬਣਾਉਣੀ ਆ, ਜੇ ਮੰਮੀ ਨੀ ਖਾਂਦੀ ਹੋਰ ਨਾ ਦੇ ਫਿਰ ਖਾਣੀ ਹੁੰਦੀ ਆ ਨਾ। ਭਾਬੀ ਜੀ ਤੁਸੀਂ ਵੀ ਥੋੜਾ ਜਿਹਾ ਧਿਆਨ ਰੱਖਿਆ ਕਰੋ ਨਾ, ਜਦੋਂ ਆਲੂਆਂ ਦੀ ਸਬਜ਼ੀ ਬਣਾਉਣੀ ਹੁੰਦੀ ਹੈ ਨਾ ਮੰਮੀ ਵਾਸਤੇ ਥੋੜੀ ਜਿਹੀ ਕੋਈ ਹੋਰ ਬਣਾ ਲਿਆ ਕਰੋ, ਜਾਂ ਜੇ ਕੋਈ ਪਹਿਲੀ ਹੁੰਦੀ ਨਾ ਤੇ ਉਹ ਇਹਨਾਂ ਨੂੰ ਦੇ ਦਿਆ ਕਰੋ। ਹੁਣ ਤੁਸੀਂ ਮੈਨੂੰ ਦੱਸੋ ਕੋਈ ਸਬਜ਼ੀ ਹੈਗੀ ਮੈਂ ਇਹਨਾਂ ਨੂੰ ਬਣਾ ਦਾਂ। ਨਵ ਮੈਂ ਨੀ ਰੋਟੀ ਖਾਣੀ ਹੈਗੀ, ਮੇਰੀ ਨਾ ਭੁੱਖ ਹੀ ਮਰ ਗਈ, ਜਾਂ ਮੇਰੀ ਇੱਥੇ ਦਵਾਈ ਪਈ ਆ ਲਿਆ ਮੈਂ ਖਾ ਲਵਾਂ। ਮੰਮੀ ਤੁਸੀਂ ਸਵੇਰ ਦਾ ਕੁਝ ਖਾਧਾ ਤੇ ਹੈਗਾ ਨਹੀਂ ਆ, ਏਦਾਂ ਹੀ ਦਵਾਈ ਖਾ ਲੈਣੀ ਆ, ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ, ਠੰਡੇ ਰਹੀਦਾ ਹੁੰਦਾ ਵਾ। ਮੈਂ ਨਾ ਤੁਹਾਨੂੰ ਮਸਰਾਂ ਦੀ ਦਾਲ ਬਣਾ ਦੇਣੀ, ਝੱਟ ਬਣ ਜਾਣੀ ਆ। ਨਾ ਫਰਿੱਜ ਨਾ ਪਨੀਰ ਹੈਗਾ ਈ, ਮੰਮੀ ਨੇ ਪੁੱਛ ਲਓ ਜੇ ਖਾਣਾ ਨਾ ਤੇ ਉਹ ਬਣਾ ਦੇ ਇਹਨਾਂ ਨੂੰ। ਕੋਈ ਨੀ ਭਾਬੀ ਇਹਨਾਂ ਨੇ ਖਾ ਲੈਣਾ ਫਿਰ ਉਹੀ ਬਣਾ ਦੇਣੀ ਆ, ਤੇ ਮੰਮੀ ਲੜੋ ਨਾ, ਆ ਜਾਓ ਹੁਣ ਤੁਸੀਂ ਵੀ ਮੇਰੇ ਲਾਗੇ ਆ ਜਾਓ। ਇੰਦਰਾ ਚਾਹ ਫੜ ਤੇਰੀ ਠੰਡੀ ਹੋਣ ਦੀ ਆ। ਕੋਈ ਗੱਲ ਨਹੀਂ, ਤੇ ਨਾਲੇ ਚੱਲੀਏ ਫਿਰ ਸ਼ਹਿਰ, ਚੱਲ ਜਾਣੇ ਪੀਵੋ ਵਾਸਤੇ ਤੁਸੀਂ ਚਾਹ, ਤਾਂ ਫਿਰ ਚੱਲ ਫਿਰਦੇ ਹਾਂ। ਤੇ ਮੁੜ ਕੇ ਤੂੰ ਕੁਝ ਦੱਸਿਆ ਹੀ ਨਹੀਂ ਹੈਗਾ, ਕਾਹਦਾ? ਤੈਨੂੰ ਚੇਤਾ ਭੁੱਲ ਗਿਆ ਰਿਸ਼ਤੇ ਬਾਰੇ, ਉਹਨਾਂ ਦਾ ਦੋ ਤਿੰਨ ਵਾਰੀ ਫੋਨ ਆ ਗਿਆ ਵਾ। ਤੁਸੀਂ ਪਤਾ ਕੀ ਕਰੋ, ਉਹਨਾਂ ਨੂੰ ਨਾ ਕਰ ਦਿਓ, ਮੇਰਾ ਨਹੀਂ ਮਨ ਵੱਜਦਾ ਇੱਥੇ। ਨਾ ਕਰ ਦਈਏ? ਹਾਂਜੀ ਚੱਲ ਠੀਕ ਆ, ਫਿਰ ਅਸੀਂ ਨਾ ਕਰ ਦਿੰਦੇ ਹਾਂ, ਅਸੀਂ ਤਾਂ ਸੋਚਿਆ ਰਿਸ਼ਤੇਦਾਰੀ 'ਚ ਹੋ ਜਾਏ, ਅਤੇ ਅੱਗੋਂ ਤੇਰੀ ਮਰਜ਼ੀ ਜੇ ਨਹੀਂ ਸਾਡੀ ਮੰਨਣੀ। ਤੇ ਵੀਰ ਜੀ ਨਾ ਮੰਨਣ ਵਾਲੀ ਗੱਲ ਨਹੀਂ ਹੈਗੀ, ਮੈਂ ਤਾਂ ਨਾ ਇਹ 6 ਮਹੀਨੇ ਤੁਸੀਂ ਰੁਕ ਜਾਓ। ਇੰਦਰ ਯਾਰ ਨਾ ਮੰਨਣ ਵਾਲੀ ਆ, ਮੈਂ ਤੇ ਭਾਬੀ ਤੇਰੀ ਇੰਨੇ ਤੇਰੇ ਤਰਲੇ ਮਿੰਨਤਾਂ ਕਰਦੇ ਹਾਂ, ਪਰ ਤੂੰ ਕਿ ਪਾਸੇ ਰਹਿੰਦਾ ਨਹੀਂ ਹੈਗਾ, ਸਾਡੀ ਤਾਂ ਪੱਤ ਪਿਛਾ ਰਹਿ ਜਾਏ ਕਿ ਗੱਲ 'ਚ। ਜੇ ਤੁਸੀਂ ਆਉਂਦੇ ਹੋ ਨਾ ਫਿਰ ਰਿਸ਼ਤੇਦਾਰਾਂ ਦੇ ਵਿੱਚ ਕਰਨਾ ਹੀ ਕਰਨਾ। ਭਾਬੀ ਦੀ ਜਿਹੜੀ ਦੂਜੀ ਮਾਸੀ ਹੈ ਨਾ, ਉਹਦੀ ਕੁੜੀ ਵੱਲ ਕਰ ਦਿਓ, ਉਹ ਮੈਨੂੰ ਪਸੰਦ ਹੈ। ਅਤੇ ਪਹਿਲਾਂ ਤੂੰ ਕਿੱਥੇ ਆ, ਜਿੱਦਾਂ ਤੈਨੂੰ ਪੁੱਛਣ ਡਿਆ ਵੀ ਦਾਦੇ ਜੇ ਕੋਈ ਤੇਰੀ ਪਸੰਦ ਹੈ, ਕੋਈ ਗੱਲਬਾਤ ਹੈ, ਤਾਂ ਯਾਰ ਸਾਨੂੰ ਐਵੇਂ ਇੱਧਰੋਂ ਫਿੱਕਿਆਂ ਪਾਉਣਾ, ਉੱਦਣ ਹੀ ਉਹਨਾਂ ਦੀ ਗੱਲ ਤੋਰ ਦਿੰਦੇ। ਗੱਲਬਾਤ ਕੋਈ ਨਹੀਂ ਹੈਗੀ ਵੀਰ ਜੀ, ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਤੁਸੀਂ ਦੂਜੀ ਮਾਸੀ ਵੱਲੋਂ ਡਏ ਹੋ ਗੱਲ ਕਰਨ। ਉਹ ਚੱਲ ਠੀਕ ਆ, ਇਹ 'ਚ ਵੀ ਕੋਈ ਗੱਲ ਨਹੀਂ, ਇੱਧਰ ਮਾਸੀ ਤਾਂ ਡਏ ਹਾਂ, ਸਮਝ ਲਾਂਗੇ ਦੂਜੀ ਮਾਸੀ ਕੁੜੀ ਦਾ ਰਿਸ਼ਤਾ ਹੋ ਗਿਆ, ਤਾਂ ਰਿਸ਼ਤੇਦਾਰੀ ਜੀ ਆ। ਚਲੋ ਕੋਈ ਗੱਲ ਨਹੀਂ, ਕਿਉਂ ਕਰਲੀ ਠੀਕ ਆ ਨਾ ਗੱਲ? ਕੋਈ ਗੱਲ ਨਹੀਂ, ਮੈਂ ਮੰਮੀ ਨੂੰ ਫੋਨ ਲਾ ਕੇ ਤੇ ਕਰਨੀ ਆ ਗੱਲ। ਚੱਲ ਠੀਕ ਆ, ਤੂੰ ਕਰੀ। ਪਿੰਦਰ ਚੱਲੀਏ ਫਿਰ ਆਪਾਂ, ਮੈਂ ਪੈਸੇ ਫੜ ਲਿਆ ਮੰਦਰੋਂ। ਹੈ ਫੜ ਲਿਓ। ਲੱਤ ਲਾਈ ਆ, ਜਦ ਸਾਡੀ ਵੀ ਕੋਈ ਇੱਤ ਪੱਤ ਰਹਿ ਜੂਗੀ। ਲੱਤ ਕੀ ਲਾਈ, ਉਹ ਕੁੜੀ ਪਤਾ ਕਿੰਨੀ ਚਲਾਕ ਆ, ਆਉਂਦੇ ਆ ਤੇ ਸਭ ਕੁਝ ਵਸ ਚ ਕਰ ਲੈਣਾ। ਉਹ ਤੂੰ ਕਿਹੜੀ ਉਹਦੀ ਪਹਿਲਾਂ ਚਲਾਕੀ ਵੇਖ ਲਈ ਆ, ਬਈ ਇੰਨੀ ਟੈਨਸ਼ਨ ਲੈਣ ਦਾ ਵੀ ਕਿਤੇ ਨੀ ਕੁਝ ਕਰਦੀ। ਮੈਨੂੰ ਤਾਂ ਪਤਾ ਵਾ ਮੇਰੀ ਉਹ ਭੈਣ ਆ ਕਿੱਦਾਂ ਦੀ ਆ, ਮੇਰੀਆਂ ਤੇ ਆਸਾਂ ਤੇ ਪਾਣੀ ਫਿਰ ਜਾਣਾ ਵਾ, ਜੋ ਮੈਂ ਸੋਚਿਆ ਉਹ ਥੋੜਾ ਹੋਣਾ ਫਿਰ। ਆਹੋ ਤੈਨੂੰ ਤਾਂ ਘਰ ਬੈਠੇ ਸਾਰੇ ਮੁਲਕ ਦਾ ਪਤਾ ਹੁੰਦਾ ਵੀ ਕੌਣ ਚੰਗਾ ਤੇ ਕੌਣ ਮਾੜਾ ਵਾ, ਇੰਨਾ ਨਾ ਬਿਨ ਵਜ੍ਹਾ ਦਿਮਾਗ ਦੜਾਇਆ ਕਰ ਆਪਣਾ। ਕੋਈ ਗੱਲ ਨੀ, ਜੇ ਹੋ ਗਿਆ ਨਾ ਉੱਥੇ ਰਿਸ਼ਤਾ, ਤੁਹਾਨੂੰ ਲੱਗ ਪਤਾ ਜਾਊਗਾ ਉਹ ਕਿੱਦਾਂ ਦੀ ਆ, ਨਾਲੇ ਮੈਂ ਕਿ ਰਿਸ਼ਤੇ ਦੀ ਗੱਲ ਕਰਨੀ। ਚੱਲ ਠੀਕ ਹੈ, ਤੂੰ ਨਾ ਕਰੀ ਗੱਲ, ਮੈਂ ਆਪੇ ਸ਼ਰਮ ਹੋ ਕੇ ਆਣ ਕੇ ਤੇ ਮੰਮੀ ਨਾਲ ਕਰ ਲੈਂਦਾ ਗੱਲ। ਹਾਸ਼ਾ ਇਹ ਫੋਨ ਵੀ ਲੈ ਗਏ, ਜੇ ਮੇਰੇ ਕੋਲ ਫੋਨ ਹੁੰਦਾ ਨਾ ਤਾਂ ਮੰਮੀ ਨੂੰ ਫੋਨ ਲਾ ਦੇਣਾ ਸੀ ਵੀ ਪੈਂਦਾ ਹੀ ਨਾ ਕਰਾ ਦੇ ਉਹਨਾਂ ਕੋਲ।